ਆਹ ਜਿਹੜੀ ਚੀਜ਼ ਹੈ ਨਾ, ਆਹ ਕੋਠਿਆਂ ਤੇ ਬੈਠੋ, ਆ ਖੜੇ ਹੋ, ਇਹ ਸੁਖਬੀਰ ਬਾਦਲ ਨੂੰ ਇਹੀ ਸੌਣ ਨਹੀਂ ਦਿੰਦੀ। ਕਹਿੰਦਾ ਮੈਨੂੰ ਦਿਹਾੜੀ ਤੇ ਲਾਉਣੇ ਪੈਂਦੇ ਨੇ, ਇੱਧਰ ਹੀ ਕਿਵੇਂ ਆ ਜਾਂਦੇ ਨੇ, ਇਹ ਫਰਕ ਹੈ। ਇਹ ਮੈਥੋਂ ਨਹੀਂ ਡਰਦੇ, ਇਹ ਭਗਵੰਤ ਮਾਨ ਤੋਂ ਨਹੀਂ ਡਰਦੇ, ਕੇਜਰੀਵਾਲ ਤੋਂ ਨਹੀਂ ਡਰਦੇ, ਆਹ ਜਿਹੜੇ ਤੁਸੀਂ ਬੈਠੇ। ਜਦੋਂ ਮੈਂ ਜਿਹੜੇ ਰੂਟ ਤੇ ਮੈਂ ਆਉਣਾ ਹੋਵੇ, ਮੈਂ ਲੰਘਣਾ ਹੋਵੇ, ਉਦੋਂ ਪਤਾ ਕਰ ਲੈਂਦੇ ਨੇ ਦਫ਼ਤਰ ਜੋ ਇਲੈਕਸ਼ਨ ਕਮਿਸ਼ਨ ਤੋਂ, ਕਿਉਂਕਿ ਪਰਮਿਸ਼ਨ ਲੈਂਦੇ ਹਰੇਕ ਪਿੰਡ ਦੀ। ਉੱਥੇ ਉੱਥੇ ਫਿਰ ਦੋ ਘੰਟੇ ਪਹਿਲਾਂ ਝੰਡੀਆਂ ਲਾ ਜਾਂਦੇ ਨੇ ਉੱਥੇ। ਮੈਂ ਤਾਂ ਮੈਨੂੰ ਤਾਂ ਫਿਰ ਆਹ ਪੁੱਛਣ ਦੀ ਲੋੜ ਨਹੀਂ, ਮੈਂ ਝੰਡੀਆਂ ਝੰਡੀਆਂ ਤੁਰ ਜਾਂਦਾ ਹੁਣ, ਆਪਣੀ ਸ਼ਾਨ ਨੂੰ ਲੰਘ ਗਈ ਥੋੜ੍ਹੇ ਦਿਨ ਮੁੜਨਾ, ਇੱਧਰ ਨਹੀਂ ਲਾ ਕੇ ਗਏ ਹੋਣੀ, ਕਿਉਂਕਿ ਉਹਨੂੰ ਪਤਾ ਤੁਰਿਆ ਜਾਣਾ। ਹਾਂ ਉੱਥੇ ਲਾਈਆਂ ਇਹਨਾਂ ਝੰਡੀਆਂ ਨਾਲ, ਆਪਣੇ ਨਿੱਕੇ ਨਿੱਕੇ ਬੱਚਿਆਂ ਦੇ ਕੱਛੇ ਬਣਾਓ, ਪੋਚੇ ਬਣਾਓ, ਪੋਚੇ ਨਹੀਂ ਪੋਤਲੇ ਤਾਂ ਬਣੇ ਬਣਾਏ ਜੀ ਨੇ। ਇਹ ਝੰਡੀਆਂ ਲਾਉਣ ਨਾਲ ਨੀ ਕੋਈ ਦਿਲ ਬਦਲਦਾ, ਹਕੂਮਤ ਵੋ ਕਰਤੇ ਹੈ ਜਿਨਕਾ ਦਿਲੋਂ ਪਰ ਰਾਜ ਹੋਤਾ ਹੈ, ਯੂ ਕਹਿਨੇ ਕੋ ਤੋ ਮੁਰਗੇ ਕੇ ਸਰ ਪੇ ਵੀ ਤਾਜ ਹੋਤਾ ਹੈ। ਵੀਰੋ ਉਹ ਮੁੰਡੇ ਲਈ ਖੜੇ ਨੇ ਫੋਟੋਆਂ, ਤੇ ਬਟਨ ਦੱਬਣ ਤੋਂ ਪਹਿਲਾਂ ਆਹ ਸੋਚ ਲਿਓ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ ਕਿ ਗੁੰਡੇ ਰਾਜ ਚ ਇਹਨਾਂ ਨੇ ਧੀਆਂ ਭੈਣਾਂ ਨੂੰ ਕੁੱਟਿਆ, ਲੋਕਾਂ ਨੇ ਅੱਗਾਂ ਲਾ ਕੇ ਆਪਣੇ ਆਪ ਨੂੰ ਮਾਰਿਆ, ਇਹਨਾਂ ਨੇ ਲੁੱਟਿਆ, ਉਹ ਸਾਰੀਆਂ ਫੋਟੋਆਂ ਲਈ ਖੜੇ ਨੇ ਮੁੰਡੇ। ਇਹ ਕਿਹੜੇ ਹੈ ਉਸਦੇ ਵੱਲੋਂ ਹੈ, ਮੈਂ ਕਹਿੰਦਾ ਵੀ ਰਹਿਣਾ ਨੂੰ ਕਿਹਨਾਂ ਤੋਂ ਕੋਈ ਉਮੀਦ ਨੀ, ਇਹ ਇਹਨਾਂ ਦੀਆਂ ਰੈਲੀਆਂ ਚ ਵੀ ਜਾਂਦੇ ਰਹੇ ਨੇ, ਕੋਥੋਂ ਜੇਲ ਫੜ ਕੇ ਲੈ ਜਾਂਦੇ ਇਹਨਾਂ ਨੂੰ, ਕੁੱਟਦੇ ਆ ਬਰਬਾਦ ਕਰਕੇ ਰੱਖਤਾ ਇਹਨਾਂ ਨੇ ਪੰਜਾਬ ਨੂੰ, ਕੋਈ ਨੌਕਰੀ ਨਹੀਂ, ਕੋਈ ਕੰਮ ਨਹੀਂ, ਕਹਿੰਦੇ ਬੁਢਾਪਾ ਪੈਨਸ਼ਨ 250 ਤੋਂ 500 ਕਰਤੀ ਬਾਦਲ ਨੇ, ਮੈਂ ਕਿਹਾ ਭਾਵੇਂ 10,000 ਕਰਦੇ ਕਿਹੜਾ ਦੇਣੀ ਹੈ, ਕੋਈ ਫਾਇਦਾ ਨਹੀਂ। ਆਮ ਆਦਮੀ ਪਾਰਟੀ ਨੇ ਕਿਹਾ 2500 ਰੁਪਈਆ ਬੁਢਾਪਾ ਪੈਨਸ਼ਨ ਕਰਾਂਗੇ, ਮਿਲੂਗੀ ਵੀ ਉਹਨਾਂ ਨੂੰ ਜਿਹੜੀਆਂ ਹੱਕਦਾਰ ਨੇ, ਇਹਨਾਂ ਨੇ ਇਹਦੇ ਮਾਂਟੇ ਦੀਆਂ ਰਿਸ਼ਤੇਦਾਰ ਜਿਹੜੀਆਂ ਨੇ ਉਹਦੇ 'ਚ ਜਿਹੜੇ ਨੇ 40,000 ਨੇ। ਗਿਆਰਾਂ ਮਾਰਚ ਨੂੰ ਰਿਜ਼ਲਟ ਆਊ, ਬਸ 2-3 ਦਿਨ ਲੱਗਣਗੇ ਸਹੁੰ ਚੁੱਕ ਸਮਾਗਮ ਦੇ, ਉਹ ਤੋਂ ਬਾਅਦ 1 ਮਹੀਨੇ ਦੇ ਵਿੱਚ ਸਰਕਾਰ ਬਣ ਤੋਂ 1 ਮਹੀਨੇ ਦੇ ਵਿੱਚ ਅਨੋਨੀ ਟੋਨੀ ਬੋਨੀ ਮੰਤੇ ਸ਼ੰਤੇ ਬੰਤੇ ਸਭ ਅੰਦਰ ਹੋਣਗੇ। ਪਾ ਪਾ ਕੇ ਨਜਾਇਜ਼ ਪਰਚੇ ਲੋਕਾਂ ਦਾ ਚੋਣਾਂ ਤੋਂ ਉੱਪਰ ਕੀਤਾ ਪਿਆ, ਕੀ ਕਰਨ ਲੋਕ, ਹੁਣ ਰੋਈ ਜਾਂਦੇ ਲੋਕ, ਜਿਹੜੇ ਮਰਜ਼ੀ ਨੂੰ ਪੁੱਛ ਲਓ ਕੋਈ ਵੀ ਨਜਾਇਜ਼ ਪਰਚਾ ਮੰਟਾ ਚੱਕੋ। ਆਮ ਆਦਮੀ ਪਾਰਟੀ ਸਰਕਾਰ ਬਣ ਗਈ, ਰਿਸ਼ਵਤ ਬੰਦ ਹੋ ਜੂ, ਬੰਦ ਹੋ ਜੂਗੀ ਵਿੱਚ ਕੁਛ ਘੰਟਿਆਂ ਦੇ, ਜਿਹੜੇ ਨਸ਼ੇ ਵੇਚ ਕੇ ਨਜਾਇਜ਼ ਕਬਜ਼ੇ ਕਰਕੇ ਇਹਨਾਂ ਨੇ ਮਹਿਲ ਉਸਾਰੇ, ਉਹ ਤਿੜਕ ਜਾਣਗੇ ਵਾਂਗ ਕੱਚ ਦਿਆਂ ਬੰਟਿਆਂ ਦੇ, ਜਲਾਲਾਬਾਦ ਵਾਲਿਓ, ਪਿੰਡਾਂ ਵਾਲਿਓ, ਹੱਥ ਕੜੀਆਂ ਲੱਗੀਆਂ ਤੁਸੀਂ ਆਪਣੇ ਅੱਖੀ ਦੇਖੋਗੇ ਇਹਨਾਂ ਮੰਟਿਆਂ ਬੰਟਿਆਂ ਸ਼ੰਟਿਆਂ ਦੇ। ਦੇਖ ਲੋਗੇ ਝਾੜੂ ਦੇ ਚੋਣ ਨਿਸ਼ਾਨ ਤੇ, ਇੱਕ ਉਦੋਂ ਉੱਪਰ ਵੀ ਫੋਟੋ ਹੋਊਗੀ ਪਹਿਲੇ ਨੰਬਰ ਤੇ, ਉਹ ਨੀਲੇ ਰੰਗ ਦੀ ਪੱਗ ਬੰਨੀ ਬੈਠਾ ਹੋ ਸੁਖਬੀਰ ਬਾਦਲ, ਉਹਦੇ ਬਾਅਦ ਦੇਖੋ ਨਾ ਕਾਲਾ ਮੋਤੀਆ ਉਤਰਿਆ ਉਹਨਾਂ ਦਾ। ਜਦੋਂ ਬਟਨ ਦੱਬੋਗੇ, ਜਦੋਂ 3 ਨੰਬਰ ਵਾਲਾ ਝਾੜੂ ਵਾਲਾ ਬਟਨ ਦੱਬੋਗੇ, ਇੱਕ ਆਵਾਜ਼ ਆਊਗੀ ਐਦਾਂ, ਠੀਕ ਹੈ, 3 ਨੰਬਰ ਵਾਲਾ ਬਟਨ ਦੱਬੋਗੇ ਤਾਂ ਆਵਾਜ਼ ਆਊਗੀ, ਹਾਂ ਜਿੰਨੀਆਂ ਵੋਟਾਂ ਬਟਨ ਦੱਬੀ ਜਾਓਗੇ ਉਨੀ ਆਵਾਜ਼ ਆਈ ਜਾਣੀ। ਅਸਲ ਚ ਮਸ਼ੀਨ ਦੀਆਂ ਨੀ, ਸੁਖਬੀਰ ਦੀਆਂ ਚੀਕਾਂ ਨੇ।
ਹੈਗਾ ਨਾ ਤੇ ਬਸ ਤੁਸੀਂ ਇਕੱਠੇ ਰਹੋ ਇੱਕ ਰੱਖਿਓ ਝਾੜੂ ਦਾ ਚੋਣ ਨਿਸ਼ਾਨ ਇਹੋ ਜਿਹਾ ਦੱਸਣ ਦੀ ਲੋੜ ਹੀ ਨਹੀਂ ਮਾਵਾਂ ਭੈਣ ਤਾਂ ਦੱਸਣ ਦੀ ਤਾਂ ਬਿਲਕੁਲ ਹੀ ਲੋੜ ਨਹੀਂ ਇਹ ਤਾਂ ਨੇੜੇ ਚੀਜ਼ ਪਛਾਣ ਲੈਂਦੀ ਹੈ ਤਰਕ ਤਰਕੇ 5 ਵਜੇ ਵੀ ਕਿੱਥੇ ਜੇ ਤੁਸੀਂ ਬਹੁਤੇ ਖੁਸ਼ ਰਹੋ ਜੇ ਦਾਰੂ ਦੂਰੂ ਪੀ ਕੇ ਜਾਓ ਇਹੋ ਜਿਹੇ ਵੀ ਪਛਾਣ ਲੈਂਦੀ ਹੈ ਇਕੱਠੇ ਰਹੋ ਇਸ ਝਾੜੂ ਨਾਲ ਪਹਿਲਾਂ ਸਿਰਫ ਦੁਕਾਨ ਜਾਂ ਮਕਾਨ ਸਾਫ਼ ਕਰਦੇ ਸੀ ਹੁਣ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ 'ਚ ਇਸ ਝਾੜੂ ਨਾਲ ਪੂਰਾ ਹਿੰਦੁਸਤਾਨ ਸਾਫ਼ ਕੀਤਾ ਜਾਊਗਾ ਨੌਕਰੀਆਂ ਪੈਦਾ ਕਰਾਂਗੇ 25 ਲੱਖ ਨੌਕਰੀਆਂ ਰੋਜ਼ਗਾਰ ਦੇ ਮੌਕੇ ਪੈਦਾ ਕਰਾਂਗੇ ਨੌਜਵਾਨ ਮੁੰਡੇ ਕੁੜੀਆਂ ਦੇ ਹੱਥਾਂ 'ਚੋਂ ਟੀਕੇ ਖੋ ਕੇ ਟਿਫਨ ਫੜਾਵਾਂਗੇ ਸਵੇਰੇ ਟਿਫਨ ਲੈ ਕੇ ਕੰਮ 'ਤੇ ਜਾਓ ਸ਼ਾਮ ਨੂੰ ਘਰੇ ਆਓ ਫੈਕਟਰੀ ਵਾਲਿਆਂ ਨੂੰ ਉੱਥੇ ਵਾਪਸ ਲੈ ਕੇ ਆਵਾਂਗੇ ਹਰੇਕ ਫੈਕਟਰੀ ਚੱਲਦਾ ਹਿੱਸਾ ਪਾ ਲੈਂਦੇ ਨੇ ਉਹ ਭੱਜ ਜਾਂਦੇ ਨੇ ਆਪਾਂ ਬੇਰੁਜ਼ਗਾਰ ਆ ਬੈਠਿਆ ਕੁੰਡਾ ਤੇ ਹਾਂਜੀ ਸਾਰਾ ਕੁਛ ਆ ਹੁਣ ਕੱਲ੍ਹ ਆਇਆ ਇੱਕ ਜਮੋਗੇ ਰੈਲੀ ਸੀ ਬਾਦਲ ਦੀ ਬੰਦੇ ਆਏ ਨੀ ਰਿਕਸ਼ਾ ਯੂਨੀਅਨ ਕੋਲ ਗਏ ਕਹਿੰਦੇ ਸਾਰੇ ਰਿਕਸ਼ਾ ਤੁਹਾਨੂੰ 400-400 ਰੁਪਏ ਦਿਹਾੜੀ ਦੇ ਦਾਂਗੇ ਰਿਕਸ਼ਾ ਤੇ ਤਿੰਨ ਲੱਖ ਆਏ ਝੰਡੀਆਂ ਰਿਕਸ਼ਾ ਵਾਲੇ ਜਾ ਰਹੇ ਨੇ ਖਾਲੀ ਮੈਂ ਕਿਹਾ ਤੁਸੀਂ ਕਿਉਂ ਜਾਂਦੇ ਹੋ ਉੱਥੇ ਪਤਾ ਕਰ ਲੈਣਗੇ ਵੀ ਕਿੰਨੇ ਨੇ ਹਿੱਸਾ ਪਾ ਲੈਣਗੇ ਰਿਕਸ਼ਿਆਂ 'ਚ ਤਾਂ ਸੁਵੀਰੋ ਇਹਨਾਂ ਕੋਲ ਕੋਈ ਏਜੰਡਾ ਨਹੀਂ ਕੋਈ ਮੁੱਦਾ ਨਹੀਂ ਹੁਣ ਕਿਕਲੀ ਕਲੀਰ ਦੀ ਰਾਤੀ ਤੁਹਾਡੀ ਅੱਧੀ ਮੇਰੀ ਜ਼ੋਰ ਨਾਲ ਨਹੀਂ ਕੀ ਕਹਿੰਦੀ ਹੈ ਨੰਨੀ ਸ਼ਾਹ ਕਿਕਲੀ ਕਲੀਰ ਦੀ ਕੱਪ ਸੁਖਵੀਰ ਦੀ ਚਿੱਟਾ ਮੇਰੇ ਭਾਈ ਦਾ ਪੱਟ ਤੋਂ ਮੰਗਾਈ ਦਾ ਖੁੱਲਾ ਵਰਤਾਈ ਦਾ ਨਹੀਂ ਉਹ ਘਬਰਾਈ ਦਾ ਦੱਸੋ ਕਰਨਾ ਚਾਹੀਦਾ ਚਿੱਟਾ ਗਲੀ ਗਲੀ ਹੈ ਕਿਉਂਕਿ ਸਰਕਾਰ ਨਾਲ ਰਲੀ ਹੈ ਚਿੱਟਾ ਸਾਡਾ ਲਹੂ ਵੇ ਮੈਂ ਬਾਦਲਾਂ ਦੀ ਬਹੂ ਵੇ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਪਤਾ